ਪਿੰਡਾਂ ਨੂੰ ਤੇ ਸ਼ਹਿਰਾਂ ਦੇ ਵਿੱਚੋਂ
सरपंच पंच एमएलए होर कमेटी मैंबर टीचर अध्यापक सारे जिन्हें भी भैन जी बलदेव कौर की दुखी घड़ी में शामिल सारे को फतेह बुलाने वाहेगुरु जी का खालसा श्री वाहेगुरु जी की फतेह। मैं समझदा भैन बलदेव कौर जी बड़े ही पाखां वाले सन क्योंकि खुद उन्होंने बच्चों को विद्या दी जिवें सिंह साहब पाठ करके गए उन्हां बारे ऐसे बच्चों को विद्या देनी एक बहुत ही विद्या विचारी पर वाला काम किया। फतेह अज आप बहुत ही दुखदाई मौके से सत्कारयोग माता बलदेव कौर जी की अंतम अरदास भी शामिल होने के लिए परिवार के नाल दुख साझा करन के लिए अपनी हमदर्दी का इशारा करन के लिए इतने हाजिर हुए हैं। बीबी बलदेव कौर अपने श्रद्धा सुमन भेंट करने वास्ते पंची गुरु की सास संगत जी पहला फतेह सांझी करिए। जिहड़ी सरबंस रानी श्री गुरु गोबिंद सिंह ने सानू सारयां नू बख्शिश कीती है
Thank you.
ਅੱਜ ਆਪਣੇ ਵਿੱਚ ਸਤਿਕਾਰਯੋਗ ਸਵਰਗ ਵਾਸੀ ਮਾਤਾ ਬਲਦੇਵ ਕੌਰ ਜੀ ਨਹੀਂ ਰਹੇ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਰਿਵਾਰ ਸਮੇਤ ਆਪਾਂ ਸਾਰੇ ਦੂਰੋਂ ਨੇੜੋਂ ਚੱਲ ਆ ਗੁਰਦੁਆਰਾ ਸਾਹਿਬ ਦੇ ਸਹਿਤਾਂ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਿੰਨੇ ਸਵਾਸਾਂ ਦੀ ਪੂੰਜੀ ਦਰਗਾਹ ਤੋਂ ਮਾਤਾ ਬਲਦੇਵ ਕੌਰ ਜੀ ਨੂੰ ਮਿਲੀ, ਪਚੱਤਰ ਸਾਲ ਦੀ ਉਮਰ ਤੋਂ ਕੇ ਥੋੜੇ ਦਿਨ ਪਹਿਲਾਂ ਇਸ ਦੁਨੀਆਂ ਵਿੱਚੋਂ ਚੱਲ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਘਰ ਵਿੱਚ ਉਹਨਾਂ ਦੇ ਨਾਇਕ ਸੁਪੁੱਤਰ ਭਾਈ ਸੁਖਪਾਲ ਸਿੰਘ ਜੀ, ਭਾਈ ਰੁਪਿੰਦਰ ਜੀ ਸਿੰਘ, ਸਮੂਹ ਪਰਿਵਾਰ ਨੇ ਸਹਿਜ ਪਾਠ ਕਰਮ ਕਰਵਾ ਕੇ ਭੋਗ ਪਾਏ। ਅੰਤਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਗੁਰਬਾਣੀ ਦਾ ਕੀਰਤਨ ਆਪ ਸਮੂਹ ਸੰਗਤ ਮਾਈ ਭਾਈ ਗੁਰੂ ਚਰਨਾਂ 'ਚ ਬੈਠ ਕੇ ਕੀਰਤਨ ਸਰਵਣ ਕਰੇ, ਸਰਵਣ ਭਗਤੀ ਨਾਲ ਜੁੜੇ, ਜਿੰਨੇ ਜੁੜੇ ਉਹ ਸਾਰੇ ਜਣੇ ਕਰੋ ਰਸਨਾ ਪਵਿੱਤਰ ਉਚਾਰਨ ਕਰੋ ਸਰੀਰ ਸਤਿਗੁਰਾਂ ਦੇ ਗੁਰਬਾਣੀ ਅੰਦਰ ਕਥਨ ਅਨੁਸਾਰ ਉਹਨੇ ਇੱਕ ਨਾਲ ਇੱਕ ਦਿਨ ਇਸ ਦੁਨੀਆਂ ਵਿੱਚੋਂ ਜਾਣ, ਸਭ ਨੇ ਜਾਣਾ, ਇੱਕ ਦਿਨ ਸਭ ਦੀ ਵਾਰੀ ਆਉਣੀ ਹੈ। ਆਪਣੇ ਆਈ ਵਾਰੀ ਅਨੁਸਾਰ ਹਰ ਇੱਕ ਮਨੁੱਖ ਨੇ ਇਸ ਸੰਸਾਰ ਵਿੱਚੋਂ ਚਲੇ, ਜੋ ਆਇਆ ਸੋ ਚੰਦ ਸੀ, ਸਭ ਕੋਈ ਆਈ ਵਾਰੀ ਹੈ। ਤੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਵੀ ਜਿਹੜਾ ਆਇਆ ਉਹਨੇ ਜਾਣਾ ਔਰ ਸਭ ਦੀ ਵਾਰੀ ਆਉਣੀ। ਸਭ ਦੀ ਦਾ ਭਾਵ ਹੈ ਕਿ ਜਿੰਨਾ ਵੀ ਆਪਾਂ ਸੰਸਾਰ ਵੇਖ ਰਹੇ ਹਾਂ, ਜਿਵੇਂ ਜਿਵੇਂ ਕਿਸੇ ਦੀ ਵਾਰੀ ਆ ਰਹੀ ਹੈ ਆਪਣੇ ਆਈ ਵਾਰੀ ਅਨੁਸਾਰ ਮਨੁੱਖ ਤੁਰਿਆ ਕਰ। ਰਾਣਾ ਰਾਓ ਨਾ ਹੋਰ ਹੈ ਰੰਗ ਨਾ ਤੁਮਕੀਰ, ਵਾਰੀ ਆਪੋ ਆਪਣੀ ਕੋਲੇ ਨਾ ਬੰਧਾ, ਆਪੋ ਆਪਣੇ ਆਈ ਵਾਰੀ ਅਨੁਸਾਰ ਕਿਸੇ ਨੇ ਮੌਤ ਲੱਗੇ ਧੀਰ ਨਹੀਂ ਬਣਾ। ਕਿਉਂ ਕਿ ਪਾਤਸ਼ਾਹ ਜੀ ਕਹਿੰਦੇ ਸੰਸਾਰ ਝੂਠਾ, ਸਰੀਰ ਝੂਠਾ, ਸੰਸਾਰ ਦੀ ਰਚਨਾ ਸਰੀਰ ਨੂੰ ਹੀ ਜਗ ਆਖੇ, ਸਰੀਰ ਨੂੰ ਹੀ ਸੰਸਾਰ ਆਖੇ। ਕਿਤੇ ਗੁਰੂ ਸਾਹਿਬ ਨੇ ਸਰੀਰ ਨੂੰ ਗੁਰਬਾਣੀ ਵਿੱਚ ਪਿੰਡ ਕੇ ਕਿਸੇ ਪਿੰਡ ਵਿੱਚ ਸਰੀਰ ਵਸਦੇ ਹੋਣ ਉਹਨੂੰ ਆਪਾਂ ਪਿੰਡ ਕਹਿੰਦੇ ਹਾਂ, ਜਿੱਥੇ ਸਰੀਰ ਨਹੀਂ ਵਸਦੇ ਉਹਨੂੰ ਆਪਾਂ ਉਜਾੜ ਕਹਿੰਦੇ ਹਾਂ। ਉਜਾੜ ਕਰੋ ਸਰੀਰ ਸਤਿਗੁਰੂ ਕਹਿੰਦੇ ਜਗ ਰਚਨਾ ਸਭ ਝੂਠ ਹੈ ਜਾਣ ਦੇ ਹੋਏ ਸੰਸਾਰ ਦੀ ਰਚਨਾ ਝੂਠੀ, ਕਹਿ ਨਾਨਕ ਧਰ ਨਾਰਦ ਜੋ ਮਾਨੁਸੀ। ਜਿਵੇਂ ਗਰੇਤੇ ਦੀ ਕੰਧ ਦੀ ਕੋਈ ਮਨਿਆਦ ਨਹੀਂ, ਆ ਸਰੀਰ ਤੇ ਸੰਸਾਰ ਦੀ ਵੀ ਕੋਈ ਮਨਿਆਦ, ਸਰੀਰ ਝੂਠਾ
संसार जो है ते सतगुरु जी कहते तेरी संसार वाली प्रीत ते तेरा प्यार भी सुख है। ये गल चेते रखी अकल तो तेरी प्रीत ने रहना है जे तेरी प्रीत प्यार रह गया तो एक दिन कौन नहीं रहना प्यार करो श्री इस गुरुदेव भगत सच्चे पातशाह कहते अपना प्यार क्योंकि जन्मना मरना हुक्म है भाणा आवे दिन ओहदे हुक्म विच टिकण चले जेहा की लिखिया जेहा हुक्म समाए धंधे आवे नानक सदे उठी ते गुरु साहिब बोलदा जे कोई आया संसार विच तां वी ओहदे हुक्म विच जे कोई दिन तो चलिया गया तो भी बोले पर गुरु ने एक सवाल दसा जवाब एक घट 84 लाख जून तो बाद मनुखा देह सानू क्यों मिले क्यों जीव खाए पहली प्राप्त मानव लिहरिया गोबिंद मिलन की बेटी ਅਮਰ ਕਾਜ ਤੇ ਰੱਖਦਾ ਨਾਕਾਮ ਮਿਲ ਸਾਧ ਸੰਗਤ ਪਦ ਸੇਵ ਇੱਕ ਘੱਟ 84 ਲੱਖ ਸੁਣ ਤੋਂ ਬਾਅਦ ਦੇਹੀ ਮਿਲੀ ਹੈ ਪ੍ਰਾਣੀ ਤੂੰ ਆਇਆ ਲਾਹ ਲੱਗਾ ਕਿਰਪ ਪਕੜੇ ਸਭ ਮੁਕਤੀ ਛੱਡੀ ਕਹਿੰਦੇ ਆਪਣੇ ਜੀਵਨ ਦਾ ਲਾਹ ਲੈਣ ਵਾਸਤੇ ਪਰਮੇਸ਼ਰ ਵੱਲੋਂ ਤੇਰੇ ਤੇ ਬਖਸ਼ਿਸ਼ ਹੋਈ ਹੈ ਉਹਦੀ ਕਿਰਪਾ ਦੇ ਨਾਲ ਤੂੰ ਸੰਸਾਰ ਵਿੱਚ ਆਇਆ ਬੜਾ ਦੁਰਲੰਭ ਤੇ ਕੀਮਤੀ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਵਾਰ ਵਾਰ ਨਹੀਂ ਮਿਲਣਾ ਕਬੀਰ ਮਾਨਸ ਜਨਮ ਦੁਰਲੰਭ ਹੈ ਹੋਏ ਨਾ ਵਾਰ ਤੇ ਬੜਾ ਕੀਮਤੀ ਹੈ ਤੇ ਦੁਰਲੰਭ ਜੀਵਨ ਤੈਨੂੰ ਮਿਲਿਆ ਉਹਦੀ ਬਖਸ਼ਿਸ਼ ਦੇ ਨਾਲ ਜੋ ਮਨ ਫਲ ਪਾਕੇ ਭਾਏ ਗਿਰੇ ਬਾਹਰ ਨਾ ਲੱਗ ਵੇਖੋ ਉਦਾਹਰਨ ਦੇ ਕੇ ਸਮਝਾਇਆ ਕਿ ਦਰਖਤ ਦਾ ਫਲ ਪੱਕੇ ਧਰਤੀ 'ਚ ਡਿੱਗ ਪਵੇ ਉਹਨੂੰ ਆਪਾਂ ਚੁੱਕ ਕੇ ਦੁਬਾਰਾ ਡਾਹਣੀ ਨਾਲ ਲਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਉਹ ਨਹੀਂ ਲੱਗ ਸਕਦਾ ਇਸੇ ਤਰ੍ਹਾਂ ਮਨੁੱਖ ਜਾਮਾ ਹੈ ਇਹ ਇੱਕ ਵਾਰੀ ਮਿਲਿਆ ਇਹ ਵਾਰ ਵਾਰ ਨਹੀਂ ਮਿਲਣਾ ਬੜਾ ਕੀਮਤੀ ਹੈ ਪ੍ਰਾਣੀ ਤੂੰ ਆਇਓ ਲਾਹਾ ਲੱਗਾ ਕਿਤ ਹੀਰੇ ਜੈਸਾ ਜਨਮ ਹੈ ਪੌਦੀ ਵੱਧਦਾ ਕਹਿੰਦੇ ਹੀਰਿਆਂ ਨਾਲਾਂ ਤੋਂ ਮਹਿੰਗਾ ਤੇਰਾ ਤੇਰਾ ਜਨਮ ਹੈ ਨਾ ਤੇ ਕੌਡੀਆਂ ਦੇ ਭਾਲ ਪਰ ਫਰਕ ਫਰੀਜੀ ਨੇ ਸਮਝਾਇਆ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮਵੇਸ਼ੀਆ ਤੂੰ ਆਇਓ ਤੇਰੇ ਕਿਹੜੇ ਕੰਮ ਆਇਆ ਲਾਹ ਲੈਣ ਵਾਸਤੇ ਆਪਾਂ ਆਪਣੀ ਜ਼ਬਾਨ ਤੋਂ ਕਹਿੰਦੇ ਹਾਂ ਕਿ ਮਨੁੱਖ ਖਾਲੀ ਹੱਥ ਖਾਇਆ ਅਤੇ ਇੱਕ ਦਿਨ ਖਾਲੀ ਹੱਥ ਜਾਵੇਗਾ ਗੁਰੂਆਂ ਦੇ ਦੱਸਣ ਮੁਤਾਬਕ ਇਹ ਗੱਲ ਕਹਿਣ ਵਿੱਚ ਵੀ ਝੂਠ ਹੈ ਅਤੇ ਸੁਣਨ ਵਿੱਚ ਵੀ ਝੂਠ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਵਿਸ਼ਵਾਸਾਂ ਦੀ ਪੂੰਜੀ ਰਾਹੀਂ ਜਦੋਂ ਪਰਮੇਸ਼ਰ ਦਾ ਸਿਮਰਨ ਕਰਦਾ ਅਤੇ ਸਰੀਰ ਨਾਲ ਸੇਵਾ ਕਰਾਉਂਦਾ ਗੁਰਬਾਣੀ ਵਿੱਚ ਦੱਸਿਆ ਕਿ ਖਾਲੀ ਹੱਥ ਨਹੀਂ ਜਾਂਦਾ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਮੂਲ ਕੀ ਅਜੀਬ ਜਦੋਂ ਆਇਆ ਕੋਈ ਧੰਨ ਦੌਲਤ ਮਾਰ ਮਾਰਿਆ ਥੋੜਾ ਲੈ ਕੇ ਆ ਗਿਆ
ਸਵਾਸਾਂ ਦੀ ਪੂੰਜੀ, ਕਹਿੰਦੇ ਸਵਾਸਾਂ ਦੀ ਪੂੰਜੀ ਨਾਲ ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕਮਾਈ। ਮੂਲ ਸਵਾਸਾਂ ਦੀ ਪੂੰਜੀ ਐਵੇਂ ਗਵਾ ਕੇ ਸੰਸਾਰ ਵਿੱਚੋਂ ਚਲਾ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੱਜ ਅਤਿ ਸਤਿਕਾਰਯੋ ਸਵਰਗ ਵਾਸੀ ਮਾਤਾ ਬਲਦੇਵ ਕੌਰ ਜੀ ਆਪਣੇ ਵਿੱਚੋਂ ਚਲੇ ਗਏ। ਜਾਣਾ ਸਭ ਨੇ ਇਹ ਸਾਰਾ ਪਰਿਵਾਰ ਉਹਨਾਂ ਦੇ ਪਤੀ ਸਵਰਗ ਵਾਸੀ ਭਾਈ ਮੁਖਤਿਆਰ ਸਿੰਘ ਸਦੀਵ ਕਾਲ ਤੋਂ ਹੀ ਗੁਰੂ ਘਰ ਨਾਲ ਜੁੜਿਆ ਸੀ, ਔਰ ਜਦੋਂ ਆਪ ਸਨ ਉਦੋਂ ਵੀ ਗੁਰੂ ਘਰ ਵਿੱਚ ਬੜੀ ਸੇਵਾ ਭਾਵੇ। ਘਰ ਦੇ ਵਿੱਚ ਕੋਈ ਗਰੀਬ ਬਿਮਾਰ ਚਲਾ ਜਾਵੇ ਉਹਨਾਂ ਨੇ ਕਦੇ ਖਾਲੀ ਖੋਲਿਆ। ਕਾਰਨ ਸਨਾਤਨਾ ਬੋਲਦਾ ਸੁਭਾਅ ਗੁਰੂ ਦੀ ਬੜੀ ਬਖਸ਼ਿਸ਼, ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਨੇ ਸੇਵਾ ਕੀਤੀ। ਮਾਂ ਦੀ ਪੂਜਾ, ਰੱਬ ਦੀ ਪੂਜਾ, ਮਾਂ ਤੇ ਰੱਬ ਦਾ ਰੂਪ ਹੈ, ਮਾਂ ਰੱਬ ਦਾ ਦੂਜਾ ਰੂਪ ਹੈ ਪਿਆਰੇ। ਕਿਉਂ ਕਿ ਇੱਕ ਤਾਂ ਆਪਾਂ ਆਮ ਸਧਾਰਨ ਲੋਕ ਬੈਠੇ ਹਾਂ, ਇੱਕ ਸੰਤ ਮਾਂ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸ
ਵਾਹਿਗੁਰੂ ਕਿਤੇ ਆਵੇ ਕਿਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰੱਖਿਆ ਗਿਆ ਦੇਖ ਦੇਖ ਫਤਿਹ ਬਿਦਕੀ ਪੈ ਪੰਥ ਜੀ ਗੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਗੁਰੂ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੀਰਤਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਪ੍ਰਸਾਦਾਨ ਦਾਨਾਂ ਸਿੱਧਾਂ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਗੁਰਬਾਣੀ ਵਾਹਿਗੁਰੂ ਸਿੱਖਾਂ ਦਾ ਮਨ ਜੀਵਨ ਮਤੁਕੀ ਮਦਰ ਵਾਹਿਗੁਰੂ ਹੇ ਅਕਾਲ ਪੁਰਖ ਨੂੰ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਨ ਸਾਹਿਬ ਦੇ ਹੋਰ ਗੁਰਦੁਆਰਿਆਂ ਪੁਰਖਾਂ ਮਾਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਰਾਣਿਆਂ ਦੇ ਤਨ ਨਿਯੋਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਜਿਹੜਾ ਜੀ ਲਿਖਿਆ ਤੇਰਾ ਹੁਕਮ ਕਮਾਏ ਕਦੇ ਆਵਣੇ ਨਾਨਕਾ ਕਦੇ ਉੱਠੀ ਜਾਏ ਜੀ ਮਹਾਂਵਾਹਨ ਸਾਹਿਬ ਕੌਰ ਜੀ ਧਰਮ ਸੁਪਤਨੀ ਸਵਰਗਵਾਸੀ ਸਰਦਾਰ ਮੁਖਤਿਆਰ ਸਿੰਘ ਜੀ ਆਪ ਜੀ ਦੇ ਦੁਆਰਾ ਬਖਸ਼ੀ ਹੋਈ ਸੁਬਾਸਨ ਦੀ ਪੂੰਜੀ ਭੋਗ ਕੇ ਇਹ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਕਈ ਦਿਨ ਹੋ ਗਏ ਹਨ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਸਪੁੱਤਰ ਭਾਈ ਸੁਖਪਾਲ ਸਿੰਘ ਜੀ ਭਾਈ ਰੁਪਿੰਦਰਜੀਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਅੱਜ ਅੰਮ੍ਰਿਤ ਵੇਲੇ ਆਪਣੇ ਗ੍ਰਹਿ ਲਿਖੇ ਸ੍ਰੀ ਸਹਿਜ ਪਾਤਸ਼ਾਹ ਜੀ ਦੇ ਗੁਰਦੇਵ ਕੌਰ ਜੀ ਦੀ ਵਿਛੜੀ ਉਹਨਾਂ ਵੱਲੋਂ ਸੰਸਾਰ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਬਖਸ਼ਣੀਆਂ ਉਹਨਾਂ ਦੀ ਵਿਛੜੀ ਰੂਹ ਨੂੰ 84 ਦੇ ਚੱਕਰ ਵਿੱਚੋਂ ਮੁਕਤ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣੀਆਂ ਪਰਿਵਾਰਾਂ ਵਿੱਚ ਸੁਖਸ਼ਾਂਤੀ ਭੇਟ ਕੀਤੀ ਗਈ ਹੈ ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆ ਗਿਆ ਖਜ਼ਾਨੇ ਭਰਪੂਰ ਕਰਨੇ ਅੰਗਾਂ ਸੰਤਾਂ ਆਦਮੀਆਂ ਤਿਰਪੁਰ ਭੇਟਾਂ ਦਾ ਪ੍ਰਵਾਨ ਕਰਨੀਆਂ ਸਦਾ ਖੁਆਰੀ
लंबा समा जी माता जी ने
टीचर की जी बतौर सेवा लवाई है तो अपनी दसवीं की जी पढ़ाई वाघा पुराणा तो जी पूरी करके और सब तो लंबा समा जो मैणा पिंड है उस पिंड माता जी ने सेवा लवाई और मैणा पिंड के भी सारे उन्होंने स्टूडेंट पुराने स्टूडेंट इतने पहुंचे ने और मैं थोड़ा गल दस देव कि एक बार माता जी की कहते मैणे तो बदली होने लगी सी और पिंड वाले का इन्ना सत्कार इन्ना पिंड वाले का मोह सी कि पिंड वाले ने स्कूल में कहते ताला लाता सी कि असी माता जी को इतों जान नहीं देना और दोबारा फिर जो मैणे पिंड उन्होंने जी नौकरी जी दोबारा उन्होंने बहाल कराता सी। मैं सब तो पहला बेनती करा सारे बुलारा साहबान कि सिर्फ समा बहुत कीमती है बहुत सूझवान टीचर साहब अपना कीमती समा कढ के पहुंचे है कि सिर्फ कृपा करके दो मिनट ही सारे लैन। मैं सब तो पहला बेनती करा प्रेस सिंह जी मैणा वो मंच से आके अपनी माता जी शरदा के फुल भेंट कर श्री प्रेस सिंह जी मैणा। अज इस दुख की घड़ी के शामिल हुए वख वख पिंडां ते शहरां दे विचों सरपंच पंच MLA होर कमेटी मैंबर टीचर अध्यापक सारे जिन्हें भी भैन जी बलदेव कौर की दुखदी घड़ी विच शामिल सारे नूं फतेह बुलाउंदे आ। वाहिगुरू जी का खालसा श्री वाहिगुरू जी की फतेह। मेरा पिंड मैणा है, मैं उन्हां दा चौथी क्लास का विद्यार्थी हाँ। सन 78 दे विच चौथी पास करके बया सी, साडा पिंड खाया गया सी जो कि बंदे कौर भैन जी ने सन 1968 तो लैके 1982 तक साडे पिंड दी जो स्कूल दी ड्यूटी निभाई इज्जत मान रक्षा। मैं इत्थों भी जो उदू पहला पढ़े हुए भैन जी वो भी इतने आए ने स्टूडेंट, सो उन्होंने बहुत ही सोहनी सोच रखना है। बलदेव कौर मास्टर जो बस स्टैंड तो उतर जाते किलोमीटर के पिंड का स्कूल पैंता से पैरी हाथ लगते जो जाते ऐसे सूझवान साढ़िया वो चार पढ़िया हो गया। अज मेरा ख्याल भी दसवीं का मुकाबला कर दी है उस बलदेव कौर मास्टर असी। मैं एक बार 35 साल बाद मिले, मैं पता लगे भी इस इतने रेंदे ना तो सब तो गला नहीं होगा साढ़े मन भर के। सो वो बलदेव मास्टर दे असी नहीं दे सकते, साडा महीने परिवार साडा महीने का स्कूल इतने डाबाली रोड से भी चलाया से उन्होंने जे कि साढ़े बच्चे का कोई सर्टिफिकेट असी पिछली जी गल हुई से भी जो कोई लेना पे तो स्कूल चो मिल सकता है। सो बलदेव कौर मास्टर ने भैन जी नाल प्रीतम मास्टर नहीं सी, नरेंद्र कौर सी, शांता सी, हो सकता इन्हां चों बैठे नहीं पछाण आउणी क्यों लंबा समा हो गया 40 साल हो गए पिछड़िआं नूं। इह छौणी 78 दे विच आ के विया सी, पिंड बिलकुल सारा ठाया गया सी। साडा पिंड लगभग 80-82 पिंडां दे विच बैठा कितने 5 घर कितने 10 घर। हुण साडा इकट्ठा होण दा मसला इक इत्थे पक्के पछाण कोले गुरसिंघ होए बाबा जस्सा है, असीं मैणा पिंड महीने दे महीने खंड पान हुंदे ना असी उत्थे कट्टे होंगे। मेरे ख्याल च आया यह भी जिन्हें महीने परिवार के नौजवान पढ़े हुए न बच्चिया भैं पढ़िया हो गए 35 साल बाद असी भैणों भी इकट्ठा किया उस अस्थान के उत्ते भैन बलदेव कौर भैन जी ने उत्थे बुलाया। इन्होंने सानू उत्थे मतलब बहुत ही गल पकड़ी पा के सारे सत्कार लिया दिता। इन्होंने सानू एक बार सारे वह मिले आ हम पिछले साल की गल दिवाली वेले उत्थे जाके आए थे तो सारे मिल के आए। सो शरदा के फुल सच्ची श्रद्धांजलि यही है। मैं सारी संगत ने बोलना मूल मंत्र का पाठ क्यों गुरसिखी का पहला जुड़े हुए से सानू भी जोड़िया उन्होंने जिनी कु बाणी नाल जोड़िया आप मूल मंत्र का पाठ पांच बारे पढ़ना सारी संगत ने मगर बोलना सच्ची श्रद्धांजलि यही है। वाहेगुरू एक ओंकार सतनाम करता पुरख निर्भौ निर्वैर अकाल मूर्त अजुन्नी सैभं गुरु प्रसाद जप
सच एक ओंकार सतनाम करता पुरख निर्भय निर्वैर अकाल मूर्ता अजूनी सहबन गुर प्रसाद जप आम सच दुकाल सच हैपी सच नानक सी भी सच सच नानक सी भी सच एक ओंकार सतनाम करता पुरख निर्भय निर्वैर अकाल मूर्ता अजूनी सहबन गुर प्रसाद जप आदि सच जुगाद सच है भी सच नानक सी भी सच एक ओंकार सतनाम करता पुरख निर्भय निर्वैर अकाल मूर्ता अजूनी सहबन गुर प्रसाद जप आदि सच जुगाद सच है भी सच नानक सी भी सच एक ओंकार सतनाम करता पुरख निर्भय निर्वैर अकाल मूर्ता अजूनी सहबन गुर प्रसाद जप आदि सच जुगाद सच है भी सच नानक सी भी सच हे परमात्मा वाहिगुरु जी का खालसा वाहिगुरु जी की फतेह। धन धन श्री गुरु ग्रंथ साहिब के चरणों में बेनती है कि सच्ची सुची देह नूं आप जी के सचखंड विच स्थान देना, क्यों सारी उम्र उन्होंने सेवा की है जो अच्छा इकट्ठा है दस रहा है कई बहुत प्रेम सारे विचरते सन दुख सुख ठीक होंगे सन सच्चे सुचे के साफ जिंदगी बिता के गए ना उन्होंने काका जसपाल सिंह सुखपाल सिंह रुपिंदर जीत सिंह छोटे जे होंगे जो मैं नहीं जाते होंगे सके तो बड़ी उन्होंने आपके बच्चों से बना के रखी है सारे वधिया किते ला के गए ना वाहिगुरु आपके चरणों में नवाज करने सच्ची श्रद्धांजलि है। वाहिगुरु जी का खालसा वाहिगुरु जी की फतह। साढ़े दरम्यान श्री पिंदर शर्मा जी एक्स एम एल ए कोटपुरा तो भी इतने पहुंचे ने जी, धन्यवाद। श्री चरणजी लाल जी गर्ग सबका कैबिनेट मिनिस्टर वो भी इतने अपनी हाजिरी लगा के गए ने, बहुत धन्यवाद। हरमंदर सिंह जी धालीवाल साहब डी एस पी डिप्टी OSD ड्यूटी स्पीकर साहब वो भी इतने अपनी हाजिरी लगा के गए हैं, बहुत धन्यवाद।
ਤਾਂ ਮਿੱਠੂ ਸਿੰਘ ਜੀ ਭੁੱਦਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਉਹ ਵੀ ਇੱਥੇ ਆਪਣੀ ਹਾਜ਼ਰੀ ਵਿੱਚ ਪਹੁੰਚੇ ਹੈ। ਧੰਨਵਾਦ ਜੀ। ਸਰਦਾਰ ਮਨਜੀਤ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ, ਬਹੁਤ ਧੰਨਵਾਦ ਜੀ। ਸਰਦਾਰ ਸੁਸ਼ੇਰ ਸਿੰਘ ਜੀ ਐਡੀਸ਼ਨਲ ਚੀਫ ਇੰਜੀਨੀਅਰ ਬੀਪੀ ਪੀਸੀਐਲ ਪਟਿਆਲਾ ਉਹ ਵੀ ਇੱਥੇ ਪਹੁੰਚੇ ਨੇ, ਬਹੁਤ ਧੰਨਵਾਦ ਜੀ। ਅਚਾਨ ਸਿੰਘ ਜੀ ਸਰਪੰਚ ਹਰੀਪੁੱਟਰ ਤੋਂ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਸਾਰੀ ਪਰਿਵਾਰ ਵੱਲ ਬਹੁਤ ਧੰਨਵਾਦ ਦਿੱਤਾ ਜਾਂਦਾ ਹੈ। ਸਰਦਾਰ ਹਰਿੰਦਰ ਸਿੰਘ ਜੀ ਡੌੜਕੀਆਂ ਐਡਵੋਕੇਟ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਜੀ। ਸੁਖਵਿੰਦਰ ਸਿੰਘ ਜੀ ਗੁਰੂ ਪ੍ਰਧਾਨ ਬੀ ਆਰ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਮੰਚ ਉਹ ਵੀ ਇੱਥੇ ਪਹੁੰਚੇ, ਧੰਨਵਾਦ ਜੀ। ਔਰ ਵਿਸ਼ੇਸ਼ ਧੰਨਵਾਦ ਸਰਦਾਰ ਅਜੀਤ ਸਿੰਘ ਜੀ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚਣ 'ਤੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜੀ। ਸੂਰ ਸਿੰਘ ਜੀ ਸਾਬਕਾ ਸਰਪੰਚ ਗੈਰੀ ਸੰਗਤ ਤੋਂ ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਜੀ। ਸਰਦਾਰ ਕੁਮਾਰ ਸਿੰਘ ਜੀ ਬਰਾੜ ਰਿਟਾਇਰਡ ਏ ਡੀ ਸੀ ਸਾਹਿਬ ਉਹ ਵੀ ਇੱਥੇ ਆਪਣੀ ਹਾਜ਼ਰੀ ਲਗਾਉਣ ਵਾਸਤੇ ਪਹੁੰਚੇ, ਧੰਨਵਾਦ ਜੀ। ਸ਼੍ਰੀ ਦਰਸ਼ਨ ਸਿੰਘ ਜੀ ਘੁੱਦਾ ਆਪਣਾ ਜਿਹੜਾ ਸੋਗ ਪੱਤਰ ਲੈ ਕੇ ਪਹੁੰਚੇ ਨੇ, ਜੋ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਸਾਹਿਬ ਖਜ਼ਾਨਾ ਮੰਤਰੀ ਪੰਜਾਬ ਦੇ ਪੋਲੀਟੀਕਲ ਸੈਕਟਰੀ ਨੇ ਉਹ ਵੀ ਇੱਥੇ ਪਹੁੰਚੇ ਨੇ, ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਸ਼੍ਰੀ ਪਵਨ ਕੁਮਾਰ ਜੀ ਪਬਲਿਕ ਹੈਲਥ ਕਾਰਜਕਾਰੀ ਇੰਜੀਨੀਅਰ ਮਾਨਸਾ ਉਹ ਵੀ ਇੱਥੇ ਪਹੁੰਚੇ ਨੇ। ਮੈਂ ਬੇਨਤੀ ਕਰਾਂ ਬੁਲਾਰੇ ਦੇ ਵਿੱਚੋਂ ਕਿ ਸਾਰੇ ਬਾਰੇ ਵੀਰ ਦੋ ਦੋ ਮਿੰਟ ਦਾ ਸਮਾਂ ਹੀ ਲੈਣ, ਕਿਉਂਕਿ ਸੰਗਤ ਨੇ ਦੋ ਚਾਰ ਵਧੀਆ ਬੁਲਾਰੇ ਨੇ ਜੋ ਉਹ ਬੋਲਣਾ ਹੈ, ਕਿਉਂਕਿ ਬਾਕੀ ਬੁਲਾਰੇ ਕਾਫੀ ਨੇ, ਅਸੀਂ ਮੈਂ ਅੱਗੇ ਕਰਕੇ ਉਹਨਾਂ ਤੋਂ ਮਾਫ਼ੀ ਵੀ ਮੰਗੂੰਗਾ। ਮੈਂ ਬੇਨਤੀ ਕਰਾਂ ਸਰਦਾਰ ਹਰਿੰਦਰ ਸਿੰਘ ਜੀ ਡੌੜਕੀਆਂ ਉਹ ਕਿਰਪਾ ਕਰਕੇ ਆਪਣੇ ਉਹਨਾਂ ਦਾ ਸ਼ਰਧਾ ਗੁਰੂ ਮਾਤਾ ਜੀ ਨੂੰ ਭੇਟ ਕਰਨ ਵਾਸਤੇ ਪਹੁੰਚਾ ਹਰਿੰਦਰ ਸਿੰਘ ਡੌੜਕੀਆਂ। ਠੀਕ ਹੈ ਜੀ, ਧੰਨਵਾਦ ਜੀ। ਕਿਉਂਕਿ ਸਮੇਂ ਨੂੰ ਦੇਖਦੇ ਹੋਏ ਇਹਨਾਂ ਨੇ ਆਪਾਂ ਨੂੰ ਮਾਫ਼ੀ ਚਾਹੁੰਦੇ, ਉਹ ਕਹਿੰਦੇ ਵੀ ਅਸੀਂ ਹੋਰ ਸਾਰਿਆਂ ਨੂੰ ਬੁਲਾਓ, ਤਾਂ ਮੈਂ ਬੇਨਤੀ ਕਰਾਂ ਰਣਜੀਤ ਸਿੰਘ ਜੀ ਬਾਂਡੀ ਉਹ ਆਪਣੇ ਦੋ ਮਿੰਟਾਂ ਲਈ ਕਿਰਪਾ ਕਰਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ, ਰਣਜੀਤ ਸਿੰਘ ਜੀ ਬਾਂਡੀ। ਔਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਾਂ ਮੈਂ ਸਾਡੇ ਸਾਬਕਾ MLA ਸਾਹਿਬ ਸਰਦਾਰ ਬੁਰਾ ਸਿੰਘ ਜੀ ਤੰਗਵਾਲੀ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਅਤੇ ਪੱਤਰਕਾਰ ਜਿਹੜੇ ਵੱਲੋਂ ਜਿੰਨੇ ਵੀ ਪੱਤਰਕਾਰ ਵੀ ਪਹੁੰਚੇ ਨੇ, ਕੰਨਣ ਵਰਮਾ ਜੀ ਪਹਿਰੇਦਾਰ ਅਖਬਾਰ ਤੋਂ ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਜੀ। ਸਰਦਾਰ ਕਮਲਜੀਤ ਸਿੰਘ ਜੀ ਇੰਚਾਰਜ ਅਜੀਤ ਅਖਬਾਰ ਬਠਿੰਡਾ ਉਹ ਵੀ ਇੱਥੇ ਪਹੁੰਚੇ ਨੇ ਜੀ। ਸਵਰਨ ਸਿੰਘ ਜੀ ਲਾਲੇਵਾਲੀ ਆ ਸੀਨੀਅਰ ਪੱਤਰਕਾਰ ਸਾਹਿਬ, ਉਹਨਾਂ ਦਾ ਵੀ ਇੱਥੇ ਆਉਣ 'ਤੇ ਅਸੀਂ ਪਰਿਵਾਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਅਮਰਜੀਤ ਸਿੰਘ ਜੀ ਬਾਂਡੀ ਸਾਹਿਬ ਪਵਿੱਤਰ ਹਜ਼ੂਰੀ ਦੇ ਵਿੱਚ ਬੜੀ ਹੀ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਲੈ ਕੇ ਪਹੁੰਚੀ ਗੁਰੂ ਰੂਪ ਸਾਧਕ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਭੈਣ ਬਲਦੇਵ ਕੌਰ ਜੀ ਬੜੇ ਹੀ ਭਾਗਾਂ ਵਾਲੇ ਸਨ, ਕਿਉਂਕਿ ਖੁਦ ਉਹਨਾਂ ਨੇ ਬੱਚਿਆਂ ਨੂੰ ਵਿੱਦਿਆ ਦਿੱਤੀ, ਜਿਵੇਂ ਸਿੰਘ ਸਾਹਿਬ ਪਾਠ ਕਰਕੇ ਗਏ ਆ ਉਹਨਾਂ ਬਾਰੇ, ਇਹੋ ਜਿਹੇ ਬੱਚਿਆਂ ਨੂੰ ਵਿੱਦਿਆ ਦੇਣੀ ਇੱਕ ਬਹੁਤ ਹੀ ਵਿੱਦਿਆ ਵਿਚਾਰੀ ਪਰਉਪਕਾਰ ਵਾਲਾ ਕੰਮ ਕੀਤਾ। ਫਿਰ ਉਹਨਾਂ ਦੀ ਸ਼ਾਦੀ ਇੱਕ ਇੰਜੀਨੀਅਰ ਨਾਲ ਹੋਈ, ਜਿਨ੍ਹਾਂ ਨੇ ਬੜੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣਾ ਕੇ ਇਸ ਪੰਜਾਬ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਔਰ ਖੁਦ ਬੱਚਿਆਂ ਨੂੰ ਪੜ੍ਹਾਉਂਦੇ ਰਹੇ, ਆਪਣੇ ਬੱਚੇ ਵੀ ਦੋਨੇ ਜਸਪਾਲ ਸਿੰਘ ਜੀ ਅਤੇ ਰੁਪਿੰਦਰਜੀਤ ਸਿੰਘ ਜੀ ਵੀ, ਜਿਨ੍ਹਾਂ ਨੂੰ ਇੰਜੀਨੀਅਰਿੰਗ ਕਰਾਈ। ਔਰ ਇੰਜੀਨੀਅਰ ਬਣਨਾ ਕੋਈ ਛੋਟੀ ਗੱਲ ਨਹੀਂ, ਉਸ ਮਾਤਾ ਨੇ ਬਹੁਤ ਹੀ ਵੱਡੇ, ਮੈਂ ਸਮਝਦਾ ਪੁੰਨ ਕਰਕੇ ਪੈਦਾ ਹੋਏ ਸਨ, ਜਿਨ੍ਹਾਂ ਦਾ ਪਤੀ ਵੀ ਇੰਜੀਨੀਅਰ, ਬੱਚੇ ਵੀ ਇੰਜੀਨੀਅਰ, ਔਰ ਬੜੇ ਬੜੇ ਵੱਡੇ ਕਾਰੋਬਾਰਾਂ 'ਤੇ ਲੱਗੇ ਹੋਏ ਹੈ, ਜਿਵੇਂ ਐਕਸੀਅਨ ਹੈ ਪੰਚਾਇਤੀ ਰਾਜ ਦੇ, ਛੋਟਾ ਸੰਗਤ ਦੇ ਵਿੱਚ ਗੈਸ ਏਜੰਸੀ ਚਲਾਉਂਦਾ ਹੈ, ਔਰ ਰਾਜਨੀਤੀ ਦੇ ਵਿੱਚ ਵੀ ਪ੍ਰਵੇਸ਼ ਹੋਣ ਵਾਸਤੇ ਉਹਨਾਂ ਨੇ ਬਠਿੰਡਾ ਦਿਹਾਤੀ ਤੋਂ ਅਪਲਾਈ ਕੀਤਾ ਸੀ। ਅਸੀਂ ਸਾਰੇ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਟਿਕਟ ਜਿਹਨੂੰ ਮਿਲ ਗਈ ਉਹਦਾ ਵੱਡਾ ਸਾਥ ਦੇਵਾਂਗੇ, ਉਹਨਾਂ ਦਾ ਸਾਥ ਦੇਣ ਵਾਸਤੇ ਸਾਰਾ ਇਲਾਕਾ ਤਿਆਰ ਹੋ ਗਿਆ ਸੀ। ਔਰ ਮੈਂ ਸਮਝਦਾ ਭੈਣ ਜੀਆਂ ਦੀ, ਕਿਉਂਕਿ ਮੈਥੋਂ
एक साल बाद रिटायर होया। मैं 2000 दे विच एज डिस्ट्रिक्ट स्पोर्ट्स अफसर रिटायर होया, वो 2001 दे विच होए, मैं बाद पढ़िया। इस करके मैं तो छोटे भैन जी सन, तो मैं समझदा वाहिगुरू उन्होंने साड़ी कांग्रेस पार्टी वालों जी का, मैं भेरिया साहब के नाल वाइस प्रेजिडेंट हाँ, वाहिगुरू उन्होंने चरणों में स्थान देवे और परिवार उन्होंने बदा फुरदा रहे। सारे असी उस भैन जी की जिंदगी बारे बेनती करांगे कि इहदे थां फिर वो पैदा हो और उच्ची विद्या दे, चंगे समीकरण पैदा कर और चंगा माहौल पंजाब दे विच फिर पैदा होवे। इन्ना कहना होया मैं खिमा दा जाचका। वाहिगुरू जी का खालसा, वाहिगुरू जी। पंजाब गवर्नमेंट पेंशन वेलफेयर एसोसीएशन तो दर्शन सिंह जी मौड तो सारी अपनी यूनियन वालों इतने शोक पत्र भेज रहे, बहुत धन्यवाद जी। और टेक सिंह जी एक्शन बी एन एल पी डब्ल्यू डी नू वो भी इतने पहुंचे, धन्यवाद जी। इंद्रैल सिंह जी प्रधान समुची वो भी इतने पहुंचे ने। सरदार सतगुर सिंह सिद्धू जिला भलाई अफसर वो भी इतने पहुंचे, धन्यवाद जी। जरनैल सिंह पंच बुरजमहमा तो वो भी पहुंचे ने। जरनैल सिंह जी सरपंच बलोड़ा वो भी इतने पहुंचे, धन्यवाद करते जी। और अपनी हाजिरी जी लवा के कहने असं माफी चाहते हैं। सरदार बजंत सिंह जी कुटिया साहब एक्स एम एल ए साहब वो भी इतने पहुंचे ने, उन्होंने भी असं समा देना सी पर समय नहीं जा समझ हुई, असं माफी चाहते हैं। तो अगले जो मैं बेनती करा सरदार गुरप्रीत सिंह जी मलूका साहब चेयरमैन जिला परिषद बठिंडा, वो अपने बोलों के राही माता जी को श्रद्धा के फल भेंट कर। सरदार गुरप्रीत सिंह मलूका साहब। गुरद्वारा साहब जी के पावन स्थान से सुशोभित दस गुरु साहबान की जगती जोत जुगो जगत टल शब्द गुरु साहब श्री गुरु ग्रंथ साहब जी महाराज जी की पावन पवित्र गोद में विराजमान परम सत्कार योग संगत जी और फतेह सत्कारना। वाहिगुरू जी का खालसा, वाहिगुरू जी की फतेह। अज आप बहुत ही दुखदाई मौके से सत्कार योग माता बलदेव कौर जी की अंतम अरदास भी शामिल होने के लिए, परिवार के नाल दुख साझा करन दे लई, अपनी हमदर्दी का इशारा करन दे लई इत्थे हाजिर होए हैं। कोई भी इंसान जो इस दुनिया से आउंदा परमात्मा के हुक्म के अनुसार ही आउंदा, तो उस अकाल पुरख के हुक्म के अनुसार ही इस दुनिया तो चला जाता। मेरा कहने का भाव कि जो इंसान इस दुनिया से आया, एक ना एक दिन उसने इस दुनिया को चले जाना, सो आना उस इंसान का सफल है जो इतने आके साफ नीयत के नाल नेक नीति के नाल जड़राते के नाल सच्ची किरत करते हैं, सच्ची मेहनत करते हैं, लोड़वंदां की मदद करते हैं, समाज की सेवा करते हैं और गुरु महाराज जी वालों दर्शाए मार्ग से चल के अपना साफ सुथरा जीवन व्यतीत करते हैं। सो इस तरह साढ़े सत्कारयोग माता जी अपनी सच्ची सेवा करते करते अंत कर ले आए नानका सत्य और चाहे दे महाभाग अनुसार अपनी संसार की यात्रा पूरी करके गुरु महाराज के चरणों में जा बराते ने, तो सानू सदीवी विछोड़ा देते ने। मैं इस मौके पर परिवार के नाल समूह रिश्तेदार साहबान के नाल अपनी हमदर्दी का इशार करता होया अपने वालों मानजो मलूका साहब वालों साढ़े जिला परिषद के समुचे परिवार वालों श्रोमणी अकाली दल वालों साढ़े भविष्य रूह श्रद्धा के फुल अर्पित करता हूँ। माता जी बहुत ही नेक सच्ची किरत करन वाले निके सुभा दे मालिक सन, उन्होंने सारी जिंदगी समाजिक धार्मिक सिक्ख्या के खेत्र में चलाई और ये नाल नाल अपने समुचे परिवार को अच्छी सिक्ख्या दिती, सच्ची सेध दिती, गुरसिखी जीवन बतीत करन की प्रेरणा दिती। उन्होंने मेहनत प्रेरणा की बदौलत साढ़े इस परिवार का इस इलाके जिले के समाज के उगा ना है और पूरा मान सत्कार है संगत की प्रभावशाली हाजरी जिस वक्त वक्त समाजिक धार्मिक राजनीतिक शख्सियत बराजमान ने, वक्त वक्त विभागों तो अधिकारी साहबान बराजमान है, समुची सत्कारयोग संगत जिथे माता जी के नाल अपना डूंगा प्यार जिहड़ा वो प्रगटाउंदी है, उत्थे समुचे परिवार के नाल अपनी हमदर्दी प्रगटाउंदी है। मां भावें
एक अक्षर का शब्द है पर महानता शब्दों के बयान करना असंभव है। माँ एक इबादत है, माँ एक सतरंगी चादर है, माँ एक मोह की ममता है, माँ एक त्याग कुरबानी की मूर्त है। मैं कह सकता कि माँ की देन असी दे नहीं सकते। सो इस करके साढ़े पहले पातशाह साहब श्री गुरु नानक देव जी ने इसकी जाति को यह कह के बढ़ाया कि सो क्यों मंदा आखिए जित जमे रजान। और साढ़े लोग गायकों ने अपन कथावान के गाया माँ होंगी है माँ वो दुनिया वाले हो, माँ की पूजा रब की पूजा, माँ का रब का रूप है दूजा। साढ़े महान लिखारिया ने अपन लाइनों के लिखे कि माँ जिहा परछावा बूटा जी की शां उलारी लेके रब ने स्वर्ग बनाए ने। सो माँ की देन असी दे नहीं सकते, माँ की महानता असी शब्दों के बयान नहीं कर सकते। मेरा उस महान माता की महान सेवा अगे उन्हां वालों किए हुए नेक कम्मां अगे उन्हां वालों किए हुए समाज भलाई के कम्मां अगे और उन्हां वालों दिते हुए परिवार को सच्ची सेध अगे और उन्हां वालों पाए सिक्ख्या के खेत्र दे विच पूर्णिया अगे सिर झुकदा असीं सलाम करते हैं उन्हां दी सेवा नूं और उन्हां दी इस महान देण नूं कदे भी भुल नहीं सकते। और उन्होंने अपनी इस सेवा नूं अगे तोरिया और अपने समुचे परिवार को जिते सेवा भावना की गुड़ती दी है उत्थे अपने दोने होनहार सपुत्रां नूं अच्छी विद्या दे के दोनों इंजीनियर बना के और समाज के वधिया एक प्लेटफॉर्म दे के सेवा करन दे लई उन्हां नूं तोरिया। मेरी मराद उन्हां दे वड्डे पुत्र सरदार सुखपाल सिंह जी एक्शन पंचायती राज बठिंडा डिवीजन तो है कि उन्होंने अपनी ड्यूटी नूं हमेशा अपना धर्म का कर्म समझ के किया और बड़े अच्छे तरीके दे नाल बखूबी निभा रहे हैं। जे साडी जिहड़ी जिला परिषद की बिल्डिंग है जे उन्हों भारत दे विच्चों पहला स्थान मिले और बठिंडे का नाम लखनऊ की धरती दे विच उत्तर प्रदेश दे विच गूंजिया और पूरे भारत दे विच बठिंडे का नाम रोशन होया तो साडी इस भवन की बिल्डिंग की महानता करके ते उन्हां दा सेहरा साढ़े सरकार जो बहुत ही मेहनती से काबल अधिकारी इंजीनियर सुखपाल सिंह जी को जाना है, उन्होंने सारी टीम एस टी ओ महेश जी उन्होंने जूनियर इंजीनियर साहब को जाना है कि जिन्होंने इन्नी आलीशान इमारत बना के बठिंडे का नाम पूरे हिंदुस्तान के रोशन किया। और इस तरह ही अपने हमेशा वो काम के लगे रहते हैं जो भी उन्होंने टीचा दिता जाता है भावें वह थोड़े पीरियड हो गए कि तुम्हें छे महीनों के काम करना एक साल के करना वो करके दिखाते हैं तो कदे उन्होंने किसी गलों ना नहीं की। सो मैं धनवादी हाँ उन्हों का कि एक मैं समझना कि उस महान माता की प्रेरणा है उस महान माँ की सिक्ख्या जी की बदौलत वो अपनी ये ड्यूटी बड़े चजे ढंग के नाल पूरी मेहनत लगन के ईमानदारी के नाल निभा रहे हैं। इस तरह भैन जी जो मुक्तसर विखे डिप्टी डी ओ ने भैन जी मछिंदर कौर जी वो भी अपनी सिक्ख्या के खेत्र के बहुत वधिया ड्यूटी पूरी मेहनत लगन के नाल निभा के जिथे चानण दे रहे ने विद्या दा दान सारे उस जिले दे रहे ने। ते उहदे नाल ही माता जी दे छोटे सपुत्र साढ़े वीर रविंदर जी जी जो इंजीनियर ने और भैन जी जसवीर कौर जो एक साझे तौर पर इंडियन की गैस एजेंसी चला के जिते समाज में एक गैस दी सेवावां प्रदान कर रहे हैं उत्थे समाज सेवा के खेत्र के भी वो अहम रोल अदा कर रहे हैं हमेशा समाज भलाई के कामों के बढ़ चढ़ के हिस्सा लेंदे ने। ते अपने अगे बच्चों भी पोतरिया भी माता जी ने पढ़ाउण दे विच उन्हां नूं अच्छी तालीम देण दे विच उन्हां नूं चंगी सिक्ख्या देण दे विच कोई कसर नहीं छड्डे। सुखपाल जी दे दोने वड्डे सपुत्र शुभदीप खुशदीप जिथे एम बी बी एस की पढ़ाई बड़े बेटे की पूरी होने वाली है और छोटा बेटा फरीदकोट मैडिकल के अपनी एम बी बी एस की पढ़ाई कर रहे हैं और जो रविंदर जी का बेटा है नवदीप वो दसवीं के गौरमेंट स्कूल के अच्छी तालीम लै रहे हैं। देखो तुम इस परिवार के
सारे पिछोकर के झाती मार के देखो कि किन्ने किन्ने वक् वक् अदारों के किनिया महान सेवावान इस परिवार ने साडे समाज को साडे इलाके को पंजाब को दित्तियां है। सरदार मुख्तार सिंह जी जिन्हों का जो एस टी ओ रिटायर हुए और जिन्हों की सेवा तक दमदमा साहब से बहुत उन्होंने अहम भूमिका रही है। उन्होंने जिमें पहला जिक्र होया स्टेज तो कि भावना की उसारी के इस परिवार ने अहम रोल अदा किया और इस तरह ही माता जी जिन्होंने सिक्ख्या के खेत्र के अहम एक दान दिता अहम एक सेवा की है। उन्होंने भी जिक्र होया कि वो जिथे भी जाते सी और उत्थे इलाके दे नाल उस पिंड दे नाल बच्चियां दे नाल मापियां दे नाल इन्ना घुल मिल जाते सी कि उत्थों फिर वो उस नगर नूं जां वो मापियां नूं उन्हां नूं भेजण नूं जी नहीं सी करदा। किन्नी वड्डी उन्हां दी सेवा है किन्नी वड्डी उन्हां दी देण है। ते इसे तरह हुण तीजा जिहड़ा मैडिकल खेत्र दे विच सेहत संभाल सेवावां दे विच जिहड़ा अगे ये परिवार आने वाले समय के योगदान पा रहे हैं। सो मैं समझना कि जे अज साडा ये परिवार बुलंदियों पर है बहुत अच्छी तरीके दे नाल बाखूबी सेवा निभा रहे हैं और समाज के बहुत वधिया ढंग दे नाल विचर रहे हैं तो उस महान माता की देन है उस महान माता की सिक्ख्या उन्हां दी प्रेरणा है उन्हां महान बजुर्गों की सरदार मुख्तार सिंह जी की प्रेरणा इस परिवार को समुचे नूं और ऐसी गुड़ती दिती है कि तीसरी पीढ़ी भी बहुत अच्छे तरीके दे नाल समाज दे विच विचर रही है समाज नूं वधिया सेवावां प्रदान करन दे लई एक आने वाले समय दे विच सानूं इस समुचे परिवार तो बच्चियां तो बहुत आसा उम्मीद है। जिस तरह पहलियां जनरेशन ने बहुत अहम सेवा निभाई है ये भी जिहड़ी साडी आने वाली जनरेशन है ये भी कोई कसर है जिहड़ी उह नहीं छड्डेगी। सो ये देर हुंदी है जो साडे बजुर्ग हुंदे ने उन्हां दी ये कोई परमात्मा की रहमत होंगी है जो हमेशा गुरु का आसरा रखते हैं जो उसके पाने में रह के काम करते हैं जो औखे समय भी हमेशा सहज के नाल लंघाते हैं और हमेशा अडोल रहते हैं फिर उन्होंने परिवारों पर अजिही कृपा रही है। जिस तरह साढ़े इस परिवार के सच्चे पातशाह की कृपा पूरी रहमत है सच्चे पातशाह इस तरह ही इस परिवार से कृपा बनाई रखे। माता जी के अकाल चलाने के नाल जिथे साढ़े इस परिवार को कदे ना पूरा होने वाला घाटा पिया उत्थे साडे इस इलाके नूं समाज नूं जिले नूं पंजाब नूं भी बहुत वड्डा घाटा पिया क्योंकि बजुर्गों की जिवें उन्हां दी बहुत वड्डी देण है उन्होंने बहुत औखे समय देखे होंगे उतरा चढ़ा देखे होंगे बड़ी उन्होंने सहन शक्ति होंगी है और साड़िया आने वाली जनरेशन उन्होंने बहुत कुछ सिखाना होंगे बहुत कुछ उन्होंने नवी जनरेशन ने साड़िया ने सीखना होंगे जो असी उन्होंने वांझे हो गए हैं। उन्होंने आसरा इस इलाके को परिवार को समाज में एक बोर्ड की छां वर्गा से अज असी उस ठंडी छां तो वांझे हो गए हैं। जिसकी बस सोच लै जाए सो रोस किसी से क्या कीजे जो परमात्मा का हुक्म है जो सरकार पुरख का पाना है अज आप उन्होंने आत्मा की शांति के लिए सारी सरकार की संगत सच्चे पातशाह के चरणों के उत्ते अरदास करन दे लई इत्थे एकत्र होए हैं। मैं भी सारी सरकार की संगत के नाल मिल के गुरु महाराज जी के चरणों के अरदास बेनती कर रहे हैं कि सच्चे पातशाह साढ़े तो विछड़ी रूह नूं अपने चरणों के निवास बख्शो पिछे साढ़े बहुत ही नेक ते मेहनती परिवार को भाणा मनण का बल बख्शो ते पहला की तरह ही गोर तके होके सेवा करन दा बल बख्शो। इन्हां शब्दां दे नाल खिमा दा जाचक है। अंत में मैं सारी सत्कार जो संगत का सारी सत्कार जो शख्सियतों का जो अपने जेमिया दे विचों समा कढ़ के साडे इस परिवार दे नाल अपना दुख सांझा करन दे लई और माता जी नूं श्रद्धा दे फुल अर्पण करन दे लई कीमती समा तुसीं सारिआं ने दित्ता है मैं दिल दीआं गहराईआं चों समुची सत्कार जो संगत का तहत लो धनवाद करता मैं फतेह बुलाउणा वाहिगुरू जी का खालसा वाहिगुरू जी की फतह। आपां इस समागम की समाप्ति वल वधीए तां मैं बेनती करा मानयोग साडे बहुत सत्कारयोग एम पी साहिबान मैंबर पार्लीमेंट साहिबान श्री साधु सिंह जी सुप्रीमकोर्ट तो एम पी साहब ने वो कृपा करके अपने दो मिनट लिए अपना जरा शरदा गुर भेट कर उस तो बाद साढ़े सत्कारयोग कलेरिया साहब उन्होंने दो मिनट बोलना है आप प्रोग्राम समाप्त करना है। धन्यवाद करते जी सरपंच पप्पू जी शिमले वाले भी इतने पहुँचे ने बहुजन समाज पार्टी तो मेजर सिंह वीर साहब दास साहब जी पहुँचे ने भोला सिंह जी गणपति साहब पहुँचे ने सब नाम बहुत लेकिन समा बहुत घट है मैं माफ़ी चाहूँगा और जी एम पी साहब।
ਸੁਣੋ ਜੁਗੋ ਪਟਲ ਪਾਣੀ ਦੇ ਬੁਰਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੁਗਰੇ ਵਿੱਚ ਛੁੜ ਬੀਬੀ ਬਦਲੇਵ ਕੌਰ ਨੂੰ ਆਪਣੇ ਸ਼ਰਧਾ ਸੁਖ ਨੂੰ ਭੇਟ ਕਰਨ ਵਾਸਤੇ ਪੰਚੀ ਗੁਰੂ ਨੂੰ ਵਿਸਾ ਸਿੰਘ ਜੀ ਪਹਿਲਾਂ ਉਹ ਫਤਿਹ ਸਾਂਝੀ ਕਰੀਏ ਜਿਹੜੀ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਕਿ ਦੁੱਖ ਹੋਵੇ ਜਾਂ ਸੁੱਖ ਹੋਵੇ ਮੇਰਾ ਖਾਲਸਾ ਮੇਰੇ ਉਪਦੇਸ਼ਾਂ ਨੂੰ ਮੰਨਣ ਵਾਲਾ ਦੁੱਖ ਸੁੱਖ ਨੂੰ ਇੱਕ ਕਰਕੇ ਜਾਣੇਗਾ ਉਹ ਫਤਿਹ ਹੈ ਮੇਰੇ ਨਾਲ ਬੋਲ ਰਲਾਓ ਆਪਣੇ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਹਜ਼ੂਰੀ ਰਾਗੀ ਕੀਰਤਨੀ ਜਥਾ ਵੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਅੰਕਿਤ ਜਿਹੜੇ ਉਪਦੇਸ਼ ਨੇ ਉਹਨਾਂ ਦੇ ਰਾਹੀਂ ਦੱਸ ਗਿਆ ਸੀ ਮੈਥੋਂ ਪਹਿਲਾਂ ਆਏ ਸੱਜਣ ਮਿੱਤਰ ਬੋਲ ਕੇ ਗਏ ਉਹਨਾਂ ਨੇ ਵੀ ਦੱਸਿਆ ਕਿ ਪ੍ਰਕਿਰਤੀ ਦਾ ਨਿਯਮ ਹੈ ਕਿ ਇਸ ਦੁਨੀਆਂ ਵਿੱਚ ਕੋਈ ਚੀਜ਼ ਸਥਿਰ ਨਹੀਂ ਐਬਸੋਲਿਊਟ ਨਹੀਂ ਜੋ ਆਇਆ ਉਸਨੇ ਜਾਣਾ ਹੀ ਹੈ ਇਸ ਲਈ ਸਾਨੂੰ ਦੁੱਖ ਨਹੀਂ ਮਹਿਸੂਸ ਕਰਨਾ ਚਾਹੀਦਾ ਪਰ ਆਪਾਂ ਇਹ ਲੇਖਾ ਜੋਖਾ ਜ਼ਰੂਰ ਕਰਦੇ ਹਾਂ ਕਿ ਜਿਹੜਾ ਆਇਆ ਸੀ ਜਿਸ ਦੇ ਨਿਮਿੱਤ ਅਸੀਂ ਇਹ ਅੰਤਮ ਅਰਦਾਸ ਕਰ ਰਹੇ ਹਾਂ ਉਹ ਪਿੱਛੇ ਕੀ ਛੱਡ ਕੇ ਗਿਆ ਕਿ ਉਹ ਸਾਨੂੰ ਵੀ ਕੁਛ ਦੇ ਕੇ ਗਿਆ ਇਹ ਮਨੁੱਖ ਦੀ ਪ੍ਰਵਿਰਤੀ ਹੁੰਦੀ ਹੈ ਫਿਤਰਤ ਹੈ ਕਿ ਮਨੁੱਖ ਹਮੇਸ਼ਾ ਪਹਿਲਾਂ ਨਿੱਜ ਵੱਲ ਸੋਚਦਾ ਉਸ ਤੋਂ ਬਾਅਦ ਸਮਾਜ ਵੱਲ ਸੋਚਦਾ ਤਾਂ ਇੱਥੇ ਜਿਵੇਂ ਆਪਾਂ ਦੇਖ ਰਹੇ ਹਾਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਬੀਬੀ ਬਲਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਮੈਂ ਜੋ ਅਬਜ਼ਰਵ ਕੀਤਾ ਇਸ ਗੁਰੂ ਸਾਹਿਬ ਦੇ ਪਵਿੱਤਰ ਸਥਾਨ 'ਤੇ ਕਿ ਬਹੁਤ ਹੀ ਗੰਭੀਰਤਾ ਨਾਲ ਬਹੁਤ ਹੀ ਸਹਿਜ ਮਤੇ ਨਾਲ ਬਹੁਤ ਹੀ ਲਿਵ ਲਾ ਕੇ ਸਾਰੀਆਂ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਅਤੇ ਨੌਜਵਾਨ ਉਹ ਸੁਣ ਰਹੇ ਸੀ ਕਿ ਬੀਬੀ ਬਲਦੇਵ ਕੌਰ ਦੇ ਸੰਬੰਧ ਵਿੱਚ ਕੀ ਰੰਗ ਕਿਹਾ ਜਾ ਰਿਹਾ ਇਹ ਗੱਲ ਸਾਬਤ ਕਰਦੀ ਹੈ ਕਿ ਸਾਥੋਂ ਰੁਖਸਤ ਹੋਣ ਵਾਲਾ ਵਿਅਕਤੀ ਸਧਾਰਨ ਵਿਅਕਤੀ ਨਹੀਂ ਸੀ ਜਿਹੜੇ ਅਧਿਆਪਕ ਸਾਹਿਬਾਨ ਆਏ ਆ ਉਹਨਾਂ ਨੇ ਵੀ ਦੱਸਿਆ ਦੂਸਰਿਆਂ ਨੇ ਦੱਸਿਆ ਕਿ ਬੀਬੀ ਬਲਦੇਵ ਕੌਰ ਸਧਾਰਨ ਨਹੀਂ ਸੀ ਉਹ ਅਸਾਧਾਰਨ ਸੀ ਉਸਨੇ ਨਿਚਲੇ ਜੀਵਨ ਨਹੀਂ ਜੀਵਿਆ ਉਸਨੇ ਲੋਕਾਂ ਦੇ ਭਲੇ ਲਈ ਜੀਵਨ ਜੀਵੇ ਮੈਂ ਇੱਕ ਗੱਲ ਉਹਨਾਂ ਦੇ ਜੀਵਨ ਨਾਲ ਜੋੜ ਕੇ ਕਹਿਣੀ ਚਾਹਾਂਗਾ ਕਿ ਜਦੋਂ ਸਰਦਾਰ ਮੁਖਤਿਆਰ ਸਿੰਘ ਜਿਨ੍ਹਾਂ ਦੀ ਉਹ ਧਰਮ ਪਤਨੀ ਸੀ ਫਿਰੋਜ਼ਪੁਰ ਦੇ ਵਿੱਚ ਪੜ੍ਹ ਰਹੇ ਸਨ ਤਾਂ ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਘਰੇ ਬੈਠਾ ਸੀ ਮੈਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਕਿਉਂਕਿ ਮਿਹਨਤ ਮੁਸ਼ਕਤ ਕਰਨ ਵਾਲਾ ਪਰਿਵਾਰ ਅਤੇ ਹਰ ਰੋਜ਼ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਪਰਿਵਾਰ ਉਹ ਕੋਈ ਵੱਡੀਆਂ ਸਿਫਾਰਿਸ਼ਾਂ ਨਹੀਂ ਲੱਭ ਸਕਦਾ ਹੁਣ ਉਹ ਕੋਈ ਵੱਡੀਆਂ ਰਿਕਮੈਂਡੇਸ਼ਨ ਨਹੀਂ ਲੱਭ ਸਕਦਾ ਜਿਹਦੇ ਨਾਲ ਤਾਂ ਮੈਂ ਵੀ ਘਰੇ ਬੈਠਾ ਸੀ ਸਰਦਾਰ ਮੁਖਤਿਆਰ ਸਿੰਘ ਹੋਣਾ ਨੇ ਮੈਨੂੰ ਬੁਲਾ ਕੇ ਉਸੇ ਸੰਸਥਾ ਵਿੱਚ ਜਿੱਥੇ ਉਹ ਟੈਕਨੀਕਲ ਐਜੂਕੇਸ਼ਨ ਲੈ ਰਹੇ ਸੀ ਮੈਨੂੰ ਦਾਖਲਾ ਦਵਾਇਆ ਅਤੇ ਮੈਥੋਂ ਸੀਨੀਅਰ ਸੀ ਉਸ ਤੋਂ ਬਾਅਦ ਚੱਲਦਿਆਂ ਚੱਲਦਿਆਂ ਇਹ ਹੋਇਆ ਇਹ ਗੱਲਾਂ ਜੁੜੀਆਂ ਪਰਿਵਾਰ ਨਾਲ ਹੈ ਪਰ ਸਾਰੇ ਸਮਾਜਿਕ ਸਰੋਕਾਰ ਇਹਨਾਂ ਵਿੱਚ ਸਮਾਏ ਹੋਏ ਨੇ ਕਿ ਸਰਦਾਰ ਅਲੋਕ ਸਿੰਘ
जिन्ना भी वो बच्ची सी वो मेरे पास आई कहिंदे एक मुंडा इत्थे पढ़दा टेक्निकल एजुकेशन दा है ओह नाम हरदार सिंह ते ओहदे बारे तू की कह सकदा है असीं कुड़ी दा रिश्ता करना मैं कह भी मैं यही कह सकदा मैनूं घरे बैठण नूं लै के उहने इत्थे दाखल करवाया ते मैं भी ओही जिहड़ी ट्रेनिंग लै रहा जिहड़ी ट्रेनिंग ओह लै रहा ते तुसीं बिना पुछे तो रिश्ता कर ऐसा तालमेल जुड़िया कि सरदार अलोक सिंह होरां ने बलदेव कौर का रिश्ता सरदार हरदयाल सिंह नाल कर दिता उदू बाद जो सिलसिला जारी रहा मैथों पहला सारे लोग दस गए ने मैं दसण की लोड़ नहीं पर एक गल मैं कहनी चाहूँगा जिहड़ी इस दुनिया विच नेकी ते बुराई साठ साठ चलती है जिथे बुराई है उन खत्म करने वास्ते नेकी भी जन्म लेती है ते एक एवोल्यूशन है जिसनों से कहने विकास होता रहता है कि चंगे मनुख भी आते रहते हैं माड़े मनुख भी आते रहते हैं जो माड़े मनुख आते हैं तो उन्होंने राह तो पासे करने लई चंगे भी आते हैं जेड़े आपके निज का ख्याल नहीं रखते वो समाज का ख्याल रखते उस समाज के जी बुराई है वह मिटाने वास्ते एक्टिव होंगे ने यह परिवार उस तो बाद जो चलिया तुम देखा ये मनुखता दे इंसानियत दे उस कबीले आ जड़ा बुराई खत्म करके नेकी मौके उतार है जड़ा अपना निज भोल भुल के समाज में अगे दस रहा जिमें पहला साढ़े बहुत ही सूर सियाने सज्जन मित्र दस के गए ने इस परिवार ने अपना घेरा इन्ना विशाल कर लिया लोगों के अपनी गंभीरता नाल अपने सहज मते नाल अपने कारोबार के नाल ते समाज के चंगे काम करने के नाल एक बहुत बड़ा भाईचारा बनाता जिसनों अज के युग में जड़िया बुरियां ताकत हैं ये भाईचारे को तोड़न से लगी हुई ने पिंडा में भाईचारा जोड़ा उसको खत्म किया जा रहा है पर मैं बहुत ही ये दावे न कह सकता कि अजिहे लोग होंगे ने सुखपाल सिंह वर्गे उन्होंने दूजे भाई वर्गे उन्होंने नाल इन्हां दीआं होर पैणा बड़े लंबा चौड़ा खुला डूंगा परिवार है जो मैं सारे का नाम लेना शुरू करूँगा मेरे ख्याल थोड़ा समय पहले ही बहुत लग चुके हैं मैं ये नहीं कहूँगा कहूँगा इन्होंने जिथे भी गए सुखपाल सिंह भी सिर्फ बठिंडे के ने सुखपाल सिंह होरी फरीदकोट के भी ने मुक्तसर के भी ने उधर भी कम करते हैं उधर इन्होंने व्डे व्डे प्रोजेक्ट बड़ी जानदारी के नाल ईमानदारी के नाल वो नेपरे चढ़ाए ने जेड़े अज दियां सरकारां दे अधीन अज दे राज प्रबंध दे अधीन अज दी जेड़ी है प्रशासनिक रजीम है जिहड़ा उहदे अधीन सिरे चढ़ने बहुत औखे हुंदे ने क्योंकि प्रशासन ने भी उत्ते बैठी सरकार है जिहड़ी उहदे मुताबक उहदी लोड़ मुताबक काम करना हुंदा है पर फिर भी बहुत वधिया गल है कि साडे प्रशासन दे विच इहो जे ईमानदार लोग ने इंजीनियर दे इहो जे ईमानदार लोग ने साडे टीचर ने एजुकेशन फैकल्टी दे विच इस तरह के लोग ने जिहड़े लोगों के लिए काम करते ने मैनू तुसीं सारे लोगों ने चुन के हिंदुस्तान दी उस पार्लीमेंट विच भेजे जिसनों महापंचायत कहा जाता है और मैं दसना चाहूँगा के उस महापंचायत उत्ते भी उच्च जिहड़े अपने निजी परिवार निजी हितों को अगे वधाउणा चाहते ने उन्होंने लोगों का कब्जा है उस महापंचायत उत्ते सधारण मनुख का कब्जा नहीं उस महापंचायत उत्ते किसी किसान का कब्जा नहीं मजदूर का कब्जा नहीं
ਕਿਸੇ ਅਧਿਆਪਕ ਦਾ ਕਬਜ਼ਾ ਨਹੀਂ, ਉੱਥੇ ਬਹੁਤ ਤਕੜੇ ਲੋਕਾਂ ਦਾ ਕਬਜ਼ਾ ਹੈ, ਇੰਨੀ ਜਗੜ ਹੈ ਜਿਸ ਨੂੰ ਤੋੜਨਾ ਬਹੁਤ ਔਖਾ ਹੈ। ਅਤੇ ਪਰ ਮੈਂ ਤਾਂ ਤੁਹਾਡੇ ਲੋਕਾਂ ਤੋਂ ਇਹ ਪ੍ਰਣ ਲੈ ਕੇ ਚੱਲਿਆ ਸੀ ਕਿ ਜੇ ਮੈਨੂੰ ਉਸ ਪਾਰਲੀਮੈਂਟ ਵਿੱਚ ਭੇਜਣਾ ਤਾਂ ਮੈਂ ਉਸ ਨੂੰ ਨੰਗਿਆ ਕਰੂੰਗਾ, ਮੈਂ ਐਕਸਪੋਜ਼ ਕਰੂੰਗਾ ਕਿ ਉੱਥੇ ਭੈਣਾਂ ਲਈ, ਮਾਵਾਂ ਲਈ, ਬਜ਼ੁਰਗਾਂ ਲਈ, ਅਧਿਆਪਕਾਂ ਲਈ, ਮਜ਼ਦੂਰਾਂ ਲਈ, ਕਿਸਾਨਾਂ ਲਈ ਕੋਈ ਕਾਨੂੰਨ ਨਹੀਂ ਬਣਦਾ। ਜੇ ਕਾਨੂੰਨ ਬਣਦਾ ਤਾਂ ਵੱਡੇ ਵੱਡੇ ਜਿਹੜੇ ਲੋਕ ਨੇ ਉਹਨਾਂ ਲਈ ਬਣਦਾ। ਅਤੇ ਇਸ ਸਾਡੀ ਭਾਈਚਾਰੇ ਦੀ ਸਾਂਝ ਨੂੰ ਜੇ ਕਾਇਮ ਰੱਖਦੇ ਨੇ ਸਾਡੇ ਅਜਿਹੇ ਇੰਜੀਨੀਅਰ, ਸਾਡੇ ਅਜਿਹੇ ਅਧਿਆਪਕ, ਸਾਡੇ ਅਜਿਹੇ ਪ੍ਰਸ਼ਾਸਨ, ਜਿਨ੍ਹਾਂ ਦੇ ਦਿਲ 'ਚ ਲੋਕਾਂ ਦਾ ਦਰਦ ਹੈ, ਇਹ ਬਹੁਤ ਵਧੀਆ ਗੱਲ ਹੈ। ਮਾਂ ਦੀ ਗੱਲ ਆਈ ਸੀ ਅਤੇ ਮੈਂ ਇਹ ਵੀ ਕਹਾਂਗਾ ਕਿ ਮਾਵਾਂ ਜਿਹੜੀਆਂ ਉਹਨਾਂ ਦੀ ਥਾਂ ਪਰਮਾਤਮਾ ਨਹੀਂ ਲੈ ਸਕਦਾ, ਰੱਬ ਨਹੀਂ ਲੈ ਸਕਦਾ। ਇੱਕ ਬੁੱਢਾ ਜਿਹਾ ਰੁੱਖ ਵੇਖ ਕੇ ਮੈਂ ਤਾਕ ਲੱਕੜੀ ਪਾਈ, ਬੁੱਢਾ ਜਿਹਾ ਰੁੱਖ ਵੇਖ ਕੇ ਮੈਂ ਤਾਕ ਲੱਕੜੀ ਪਾਈ, ਤਪਦਿਆਂ ਰਾਹਾਂ 'ਚ ਮਾਂ ਤੂੰ ਬੜਾ ਯਾਦ ਆਈ। ਅਤੇ ਬਲਦੇਵ ਕੌਰ ਨੂੰ ਵੀ ਉਹ ਲੋਕ ਯਾਦ ਕਰਦੇ ਨੇ, ਉਹ ਬੱਚੇ ਯਾਦ ਕਰਦੇ ਨੇ ਜਿਹਨਾਂ ਦੀ ਇਹ ਮਾਂ ਸੀ, ਉਹ ਸਹਿਯੋਗੀ ਯਾਦ ਕਰਦੇ ਨੇ। ਇਹ ਇੱਕ ਬਹੁਤ ਵੱਡੀ ਦੇਣ ਸੀ ਸਾਡੇ ਸਮਾਜ ਨੂੰ। ਅਤੇ ਮੇਰਾ ਖਿਆਲ ਇਸ ਤਰ੍ਹਾਂ ਦੀਆਂ ਅਹਿਮ ਸ਼ਖਸੀਅਤਾਂ ਸਮਾਜ ਵਿੱਚ ਆਉਂਦੀਆਂ ਰਹਿਣਗੀਆਂ, ਜਾਂਦੀਆਂ ਵੀ ਰਹਿਣਗੀਆਂ, ਪਰ ਇਹ ਸਿਲਸਿਲਾ ਜਾਰੀ ਰਹੇਗਾ। ਅਤੇ ਸਾਨੂੰ ਜਿਹੜੇ ਸੱਚੇ ਦਿਲੋਂ ਮਨੁੱਖਤਾ ਨੂੰ ਸਮਰਪਿਤ ਹਨ, ਸਾਨੂੰ ਇਹ ਸਟਰਗਲ ਜਾਰੀ ਰੱਖਣੀ ਪਏਗੀ। ਗੁਰੂਆਂ ਨੇ ਜਾਰੀ ਰੱਖੀ ਸੀ, ਗੁਰੂਆਂ ਨੇ ਬਾਬਰ ਦੀ ਚੱਕੀ ਪਿੱਠੀ ਸੀ, ਗੁਰੂ ਤੱਤੀ ਤਵੀ ਉੱਤੇ ਬੈਠੇ ਸੀ, ਗੁਰੂਆਂ ਨੇ ਆਪਣੇ ਬੱਚੇ ਸ਼ਹੀਦ ਕਰਵਾ ਲਏ, ਪਿਤਾ ਜਿਹੜਾ ਸੀ ਉਹਦਾ ਸੀਸ ਦਿੱਤਾ ਜਾ ਕੇ, ਨਿੱਜ ਲਈ ਨਹੀਂ ਦਿੱਤਾ, ਉਹਨਾਂ ਨੇ ਇਸ ਲਈ ਨਹੀਂ ਦਿੱਤਾ ਸੀ ਕਿ ਸਾਡੀ ਤਸਵੀਰ ਘਰ ਘਰ ਵਿੱਚ ਲੱਗੇ, ਨਹੀਂ, ਉਹਨਾਂ ਨੇ ਸੱਚੇ ਦਿਲੋਂ ਇਹ ਕੰਮ ਕੀਤਾ ਸੀ। ਅਤੇ ਸੱਚੇ ਦਿਲੋਂ ਅਜਿਹਾ ਲੋਕ ਹਿੱਤਾਂ ਲਈ ਕਾਰਜ ਕਰਨ ਵਾਲਾ ਇਨਸਾਨ ਕਦੇ ਮਰਦਾ ਨਹੀਂ ਹੁੰਦਾ, ਜਿੰਦਾ ਰਹਿੰਦਾ ਹੈ ਹਮੇਸ਼ਾ। ਮੈਂ ਬੀਬੀ ਬਲਦੇਵ ਕੌਰ ਨੂੰ ਉਸ ਮਹਾਂ ਪੰਚਾਇਤ ਵੱਲੋਂ ਵੀ ਸ਼ਰਧਾਂਜਲੀ ਭੇਟ ਕਰਦਾ। ਮੈਂ ਆਪਣੇ ਜਿਹੜਾ ਬਹੁਤ ਹੀ ਸੰਤ ਸੁਭਾਅ ਅਤੇ ਬਹੁਤ ਹੀ ਕਹਿ ਲਓ ਵੀ ਇੱਕ ਇੱਕ ਪੈਸਾ ਲਾਉਣ ਵਾਲਾ ਲੋਕਾਂ ਦੀ ਖਾਤਰ, ਆਮ ਆਦਮੀ ਪਾਰਟੀ ਦਾ ਪ੍ਰਮੁੱਖ ਅਰਵਿੰਦ ਕੇਜਰੀਵਾਲ, ਉਹਦੇ ਵੱਲੋਂ ਵੀ ਬਲਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਆਪ ਦਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਉਹਨਾਂ ਦੇ ਨਿਮਿੱਤ ਸ਼ਰਧਾਂਜਲੀ ਭੇਟ ਕਰ ਹੀ ਰਿਹਾ। ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਾਂਗਾ। ਵੈਸੇ ਪਰਮਾਤਮਾ ਦੇ ਘਰ ਅੰਧੇਰ ਨਹੀਂ, ਦੇਰ ਜ਼ਰੂਰ ਹੁੰਦਾ ਕਿ ਪਰਮਾਤਮਾ ਉਸ ਦੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਉਹਦੇ ਬੱਚਿਆਂ ਨੂੰ, ਉਹਦੇ ਸਹਿਯੋਗੀਆਂ ਨੂੰ ਉਹਦੇ ਵਿਚਾਰਾਂ ਨਾਲ ਜੁੜ ਕੇ ਅੱਗੇ ਭਾਈਚਾਰਾ ਵਧਾਉਣ ਵਾਲਿਆਂ ਨੂੰ ਸਾਨੂੰ ਸਮਰਥ ਬਖਸ਼ੀ ਅਤੇ ਸਾਨੂੰ ਇੰਨੀ ਦਲੇਰੀ ਬਖਸ਼ੀ ਕਿ ਅਸੀਂ ਬੁਰਾਈ ਅੱਗੇ ਝੁਕੀਏ ਨਾ, ਅਸੀਂ ਨੇਕੀ ਦਾ ਸਾਥ ਲਈਏ ਅਤੇ ਹਮੇਸ਼ਾ ਜ਼ੁਲਮ ਦੇ ਜਬਰ ਦੇ ਵਿਰੁੱਧ ਅਸੀਂ ਡਟ ਕੇ ਲੜਦੇ ਰਹੀਏ। ਇਹਨਾਂ ਸ਼ਬਦਾਂ ਨਾਲ ਮੈਂ ਬੀਬੀ ਬਲਦੇਵ ਕੌਰ ਨੂੰ ਆਪਣੇ ਸ਼ਬਦ ਸੁਣ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਜੀ, ਬਹੁਤ ਧੰਨਵਾਦ ਜੀ। ਮੈਂ ਬੇਨਤੀ ਕਰਾਂ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਬਠਿੰਡਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜੋ ਦਿਹਾਤੀ ਦੇ ਸਰਦਾਰ ਨਰਿੰਦਰ ਭਲੇਰੇ ਜੀ, ਉਹ ਅਖੀਰ ਵਿੱਚ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ, ਨਰਿੰਦਰ ਭਲੇਰੇ ਜੀ। ਤੋ ਅਸੀਂ ਧੰਨਵਾਦ ਕਰਦੇ ਹਾਂ ਮੋਹਨ ਲਾਲ ਚੁੰਬਾ ਜੀ, ਰੁਪਿੰਦਰ ਰੂਪੀ ਜੀ, ਉਹ MLA ਸਾਹਿਬ, ਉਹ ਵੀ ਹਾਜ਼ਰ ਲੱਗ ਗਏ ਨੇ, ਪ੍ਰੈਸ ਕਲੱਬ ਸੰਗਤ, ਉਹ ਵੀ ਔਰ ਸੌ ਪੱਤਰ ਭੇਜਦੇ ਸਾਡੇ ਚਰਨਜੀਤ ਸਿੰਘ ਚੰਨੀ, ਟੈਕਨਲ ਅਤੇ ਸਿੱਖਿਆ ਮੰਤਰੀ ਪੰਜਾਬ, ਔਰ ਜੀ ਭਲੇਰੇ ਸਾਹਿਬ। ਦੱਸਾਂ ਗੁਰੂਆਂ ਦੀ ਜੋਤ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 71 ਵਿੱਚ ਸਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਸਿਰ ਲਿਖਿਆ ਇਹ ਹੁਕਮ ਕਮਾਏ,
ਕੱਲਿਆ ਵੀ ਨਾਨਕਾ ਸੱਦੇ ਉੱਠ ਜਾਏ ਜੋ ਮਹਾਂਵਾਕ ਦੇ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸੀ, ਪਰ ਅੱਜ ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਮੇਰੇ ਤੋਂ ਪਹਿਲਾਂ ਬੋਲਦਿਆਂ ਹੋਇਆਂ ਸਾਰੇ ਬਹੁਤ ਹੀ ਸਤਿਕਾਰਯੋਗ ਬੁਲਾਰਿਆਂ ਨੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਜਿਸ ਤਰ੍ਹਾਂ ਪਰਿਵਾਰ ਦਾ ਨਾਮ ਹੈ, ਮਾਤਾ ਜੀ ਜਿਨ੍ਹਾਂ ਦਾ ਸੰਬੰਧ ਵਿੱਦਿਆ ਦੇ ਖੇਤਰ ਦੇ ਨਾਲ ਸੀ, ਉਹਨਾਂ ਨੇ ਆਪ ਉਹ ਆਪਣੀ ਸੇਵਾ ਨਿਭਾਉਂਦਿਆਂ ਹੋਇਆਂ ਬਠਿੰਡਾ ਦੇ ਇਸ ਸਾਰੇ ਇਲਾਕੇ ਦੇ ਵਿੱਚ ਵਿੱਦਿਆ ਦਾ ਪ੍ਰਦਾਨ ਕੀਤਾ, ਤਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਇਸ ਲਾਇਕ ਬਣਾਇਆ ਕਿ ਸਮਾਜ ਦੇ ਵਿੱਚ ਅੱਜ ਇੱਕ ਉੱਚਾ ਸਥਾਨ ਰੱਖਦੇ ਆ। ਵੱਡੇ ਭਾਈ ਸਾਹਿਬ ਸੁਖਪਾਲ ਸਿੰਘ ਹੋਰੀ ਜਿਨ੍ਹਾਂ ਨੇ ਬਤੌਰ ਐਕਸੀਅਨ ਪੰਚਾਇਤੀ ਰਾਜ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ, ਉੱਥੇ ਛੋਟਾ ਭਰਾ ਰੁਪਿੰਦਰ ਸਿੰਘ ਉਹ ਸਮਾਜਿਕ ਸੇਵਾ ਦੇ ਵਿੱਚ ਰੁੱਝ ਕੇ ਹਲਕਾ ਬਠਿੰਡਾ ਦਿਹਾਤੀ ਦੇ ਵਿੱਚ ਆਪਣੀ ਸੇਵਾ ਪ੍ਰਦਾਨ ਕਰ ਰਹੇ ਆ। ਔਰ ਅੱਜ ਜੋ ਸਮਾਂ ਇਸ ਦੇ ਵਿੱਚ ਸਮਾਜਿਕ ਸੇਵਾ ਆਪਣੇ ਲਈ ਮੈਂ ਕਹਿੰਦੇ ਹਰ ਕੋਈ ਜਿਉਂਦਾ, ਲੋਕਾਂ ਦੇ ਲਈ ਜਿਉਣਾ ਉਹ ਬਹੁਤ ਘੱਟ ਲੋਕ ਹੁੰਦੇ ਆ, ਪਰ ਮੈਂ ਸਮਝਦਾ ਕਿ ਅੱਜ ਦੇ ਇਸ ਸਮੇਂ ਦੇ ਮੁਤਾਬਕ ਉਹ ਅਸਲ ਸਹੀ ਸ਼ਰਧਾਲੂਆਂ ਦੇ ਹੱਕਦਾਰ ਹੁੰਦੇ ਆ। ਅੱਜ ਮੈਥੋਂ ਬੋਲਣ ਤੋਂ ਪਹਿਲਾਂ ਹੋਰ ਵੀ ਬੁਲਾਰੇ ਬੋਲੇ ਨੇ, ਮੈਂ ਵੀ ਬੋਲ ਰਿਹਾ, ਅਸੀਂ ਸ਼ਰਧਾਂਜਲੀਆਂ ਦੇ ਰਹੇ ਹਾਂ, ਪਰ ਮੈਂ ਸਮਝਦਾ ਮਾਤਾ ਜੀ ਨੂੰ ਅਸਲੀ ਜਿਹੜੀ ਸ਼ਰਧਾਂਜਲੀ ਹੈ ਅੱਜ ਉਹਨਾਂ ਦੇ ਜਿਹੜੇ ਪੜ੍ਹਾਏ ਹੋਏ ਬੱਚੇ ਸੀ ਅੱਜ ਵੱਡੀ ਗਿਣਤੀ ਦੇ ਵਿੱਚ ਉਹ ਵੀ ਇੱਥੇ ਸ਼ਾਮਿਲ ਹੋਏ ਆ, ਮੈਂ ਸਮਝਦਾ ਇੱਕ ਬਹੁਤ ਵੱਡੀ ਸ਼ਰਧਾਂਜਲੀ ਇਹ ਆ ਉਹਨਾਂ ਵੱਲੋਂ, ਕਿਉਂਕਿ ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਜੋ ਕੰਮ ਕਰਦਾ ਉਹ ਇਹ ਲਾਲਸਾ ਰੱਖ ਕੇ ਕਰਦਾ ਕਿ ਮੈਨੂੰ ਮੇਰੇ ਕੰਮ ਦਾ ਫਲ ਮਿਲੇ, ਤਾਂ ਮੈਂ ਸਮਝਦਾ ਜਿਹੜਾ ਇਹ ਫਲ ਹੈ ਕਿ ਅੱਜ ਉਹਨਾਂ ਦੇ ਪੜ੍ਹਾਏ ਹੋਏ ਬੱਚੇ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਇਹ ਪ੍ਰਾਰਥਨਾ ਕਰ ਰਹੇ ਆ ਕਿ ਸਾਡੇ ਨੂੰ ਜਿਨ੍ਹਾਂ ਨੇ ਸਾਨੂੰ ਰੋਸ਼ਨੀ ਦਿੱਤੀ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਮੈਂ ਸਮਝਦਾ ਕਿ ਸਹੀ ਸ਼ਰਧਾਂਜਲੀ ਉਹਨਾਂ ਨੂੰ ਅੱਜ ਇਹ ਮਿਲੀ ਹੈ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਸਮਾਂ ਪਹਿਲਾਂ ਹੀ ਬਹੁਤ ਹੋ ਚੁੱਕਿਆ, ਹੁਕਮ ਹੋਇਆ ਸਾਰੀ ਸੰਗਤ ਦਾ ਧੰਨਵਾਦ ਕਰਾਂ ਮੈਂ ਸਾਰਿਆਂ ਦਾ ਜੋ ਅੱਜ ਆਪਣਾ ਸਮਾਂ ਕੱਢ ਕੇ ਆਪਣੇ ਆਪਣੇ ਰੁਝੇਵਿਆਂ ਚੋਂ ਜਿਨ੍ਹਾਂ ਨੇ ਸਮਾਂ ਕੱਢਿਆ, ਸਾਰੇ ਦੋਸਤ ਸਾਰੇ ਰਿਸ਼ਤੇਦਾਰ ਸਾਰੇ ਜੋ ਇੱਥੇ ਸ਼ਾਮਿਲ ਹੋਏ ਆ, ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਆਏ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਮੈਂ ਸਪੈਸ਼ਲ ਤੌਰ 'ਤੇ ਇੱਕ ਹਾਜ਼ਰੀ ਲਗਾਉਣਾ ਚਾਹੁੰਦਾ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜੀ ਹੋਰੇ, ਬਿਜਲੀ ਮੰਤਰੀ ਪੰਜਾਬ, ਉਹ ਅੱਜ ਖਾਸ ਰੁਝੇਵੇਂ ਕਰਕੇ ਇੱਥੇ ਨਹੀਂ ਪਹੁੰਚ ਸਕੇ, ਉਹਨਾਂ ਨੇ ਆਪਣੇ ਸ਼ਰਧਾਂਜਲੀ ਉਹਨਾਂ ਵੱਲੋਂ ਵੀ ਮੈਂ ਇੱਥੇ ਅਰਪਣ ਕਰਦਾ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਸਮੁੱਚੀ ਸੰਗਤ ਦਾ ਜੋ ਅੱਜ ਇੱਥੇ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਕਿ ਕੁਝ ਮਾਤਾ ਜੀ ਦੇ ਆਪਾਂ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ, ਪਰਿਵਾਰ ਵੱਲੋਂ ਜਿਹੜੇ ਸੰਗਤ ਪਿਛਲੇ ਭੈਣ ਬੀਬੀ ਨੇ ਵੀਰ ਨੇ ਜੇ ਪ੍ਰਸ਼ਾਦਾ ਹਜੇ ਨਹੀਂ ਛਕਿਆ, ਉਹ ਕਿਰਪਾ ਕਰਕੇ ਪ੍ਰਸ਼ਾਦਾ ਜਿਹੜਾ ਉਹ ਛੱਕ ਕੇ ਜਾਣ ਸਾਰਿਆਂ ਨੂੰ। ਤੋ ਸਾਡੇ ਸਾਬਕਾ MLA ਸਾਹਿਬ ਗੁਰਜੰਤ ਸਿੰਘ ਕੁੱਤੀਵਾਲ ਸਾਹਿਬ ਉੱਥੇ ਪਹੁੰਚੇ, ਅਸੀਂ ਉਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ, ਸਮੇਂ ਦੀ ਇੰਤਜ਼ਾਮ ਨੂੰ ਸਮਝ ਹੋਈ ਅਸੀਂ ਸਮਾਂ ਨਹੀਂ ਦੇ ਸਕੇ, ਔਰ ਕਾਫ਼ੀ ਸੱਜਣਾਂ ਦੇ ਮਿੱਤਰਾਂ ਵੀਰਾਂ ਦੇ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਦਾ ਨਾਮ ਜਿਹੜਾ ਲੈਣ ਤੋਂ ਵਾਂਝੇ ਦੇ ਕੇ ਬਹੁਤ ਧੰਨਵਾਦ ਜੀ, ਉਹਨਾਂ ਨੂੰ ਮਾਫ਼ੀ ਚਾਹੁੰਦੇ ਹਾਂ। ਲੋਕ ਵੀਰ ਦੇਵ ਸਾਹਿਬ ਤੋਂ ਮਾਫ਼ੀ ਚਾਹੁੰਦੇ ਜੀ, ਜਿਹੜੇ ਸੰਗਤ ਜਿਹਨਾਂ ਨਾਮ ਰਹੇਗਾ ਗੁਰੂ ਵੱਡੀਓ, ਲੋਕ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰ ਦੇਵੇ, ਇੱਕ ਵਾਰ ਗੁਜ਼ਾਰਾ ਛੱਡਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।